ਅਸਲਾਮੁਅਲੈਕਮ ਜੀ, ਉਮੀਦ ਕਰਨੇ ਆ ਤੁਸੀਂ ਸਾਰੇ ਠੀਕ ਠਾਕ ਹੋ। ਅੱਜ ਜਨਾਬ 28 ਅਗਸਤ, ਅੱਜ ਤਾਂ ਗੱਲਾਂ ਮੰਡੀ ਦਾ ਰੇਟ ਢੁੰਡਦੇ ਨੇ ਪਾਕ ਪੁੱਤਨ ਸ਼ਰੀਫ ਦਾ ਜਿਹੜਾ ਸਾਡੇ ਤੱਕ ਪਹੁੰਚਿਆ, ਅਤੇ ਉਕਾੜੇ ਗੱਲਾਂ ਮੰਡੀ ਦਾ। ਸਭ ਤੋਂ ਪਹਿਲੇ ਤਾਂ ਆਉਣੇ ਯਾਰ ਤਿਲਾਂ 'ਤੇ, ਤਿਲਾਂ ਲੈਣਾ ਬੜੀ ਬੈੜੀ ਪੀ ਹੁੰਦੀ ਜੀ। ਪਿਛਲੇ ਸਾਲ ਰੇਟ 18,000-19,000 ਆ ਫੀ ਮੰਨ ਦਾ, ਲੇਕਿਨ ਇਸ ਟਾਈਮ ਮੌਜੂਦਾ ਰੇਟ 10,300, 10,400 ਰੁਪਇਆ ਰੇਟ ਹੈ। ਅਤੇ 4 ਦਿਨ ਪਹਿਲੇ ਵੇਖੀਏ ਤਾਂ 13,000 ਵੀ ਰੇਟ ਰਿਹਾ, ਲੇਕਿਨ ਹੁਣ ਪਿਛਾ ਪਿਛਾ ਜਿਵੇਂ ਦੇ ਘੱਟਦੇ ਜਾਂਦੇ ਨੇ ਉਵੇਂ ਉਵੇਂ ਜਨਾਬ ਤਿਲਾਂ ਦਾ ਰੇਟ ਵੀ ਘੱਟਦਾ ਜਾਂਦਾ। ਲੇਕਿਨ ਔਸਤ ਨਹੀਂ ਹੈਗੀ ਤਿਲਾਂ ਦੀ, 4 ਮਨ 5 ਮਨ 6 ਮਨ ਬਸ ਇੱਥੇ ਐਂਡ ਹੈ। ਉਹ ਵੀ ਕਿਸੇ ਦੀ, ਹਰ ਕਿਸੇ ਦੀ ਨਹੀਂ। ਫਿਰ ਜਨਾਬ ਆ ਜੋ ਕਣਕ ਵਾਲਾ, ਜਿਹੜੇ ਬੰਦਿਆਂ ਨੇ ਕਣਕ ਸਟਾਕ ਕੀਤੀ ਸੀ ਉਹ ਜਨਾਬ ਇਸ ਟਾਈਮ 2500 ਤੋਂ ਲਿਆ ਅਤੇ 2500 ਤੱਕ 2600 ਤੱਕ ਐਂਡ ਸੇਲ ਹੋ ਰਹੀ ਹੈ। ਵਿੱਚੋਂ 2700-2800 ਨੂੰ ਸੇਲ ਹੁੰਦੀ ਰਹੀ, ਲੇਕਿਨ ਹੁਣ ਕਣਕ ਦਾ ਰੇਟ ਵੀ ਘੱਟ ਗਿਆ। ਅਤੇ ਮਕਈ ਵਾਲਿਆਂ ਦੇ ਬਾਗ ਚੰਗੇ ਲੱਗੇ ਜੇ, ਮਕਈ ਦਾ ਰੇਟ ਚੰਗਾ, ਠੀਕ ਹੈ। ਮਕਈ 1800 ਤੋਂ ਟੁਰੀ ਹੈ, 1900 ਤੋਂ ਟੁਰੀ ਹੈ, ਅਤੇ 2500-2600 ਤੱਕ ਮਕਈ ਜਿਹੜੀ ਹੈ ਸੇਲ ਹੁੰਦੀ ਪਈ ਹੈ। ਅਤੇ ਅਗਰ ਮੰਡੀ ਵਿੱਚ ਲੈ ਜਾਓ, ਕਾੜੇ ਮੰਡੀ 'ਤੇ ਗੱਲ ਕਰੀਏ ਤਾਂ ਉੱਥੇ 2700 ਨੂੰ ਜਿਹੜੀ ਹੈ ਮਕਈ ਸੇਲ ਹੁੰਦੀ ਪਈ ਹੈ। ਅਤੇ 1509 ਵਾਲਿਆਂ ਦਾ ਕੋਈ ਹਾਲ ਨਹੀਂ ਜੇ, 2800 ਤੋਂ ਲੈ ਕੇ 2950 ਤੱਕ 1509 ਸੇਲ ਹੁੰਦੀ ਪਈ। ਅਤੇ ਕੱਲ੍ਹ ਜਿਹੜਾ ਹਾਈਬ੍ਰਿਡ ਸੀ, ਕੱਲ੍ਹ ਬਾਰਿਸ਼ ਬੜੀ ਆਈ, ਕੱਲ੍ਹ ਹਾਈਬ੍ਰਿਡ ਜਿਹੜਾ ਮੰਡੀਆਂ ਦੇ ਵਿੱਚ ਰੁੜਦਾ ਰਿਹਾ, ਠੀਕ ਹੈ। ਗਾਹਕ ਕੋਣੀ ਸੀ, ਅਤੇ ਹੁਣ ਜਿਹੜਾ ਅੱਜ ਦਾ ਰੇਟ ਉਹਦਾ ਨਿਕਲਿਆ ਉਹ ਜਨਾਬ ਨਿਕਲਿਆ ਜੀ 1900 ਰੁਪਈਆ, 1850 ਰੁਪਈਆ, ਠੀਕ ਹੈ। ਜਿਹੜੀ ਸੁੱਕੀ ਜਾਂਦੀ ਪਈ, ਜਿਹੜੀ ਰੂੜੀ ਫਿਰਦੀ ਹੈ ਉਹ 1550-1600 ਰੁਪਈਆ, ਇਹ ਹਾਲ ਜੇ। ਅਤੇ ਸਰਸੋਂ ਦਾ ਰੇਟ ਬੰਦੇ ਪੁੱਛਦੇ ਨੇ, ਸਰਸੋਂ ਦਾ ਰੇਟ 6,000 ਰੁਪਈਆ ਜੇ, ਅਤੇ ਤਿਲਾਂ ਦਾ ਡੁੰਡਾ ਛੱਡਿਆ ਕਿ 10,000 ਤੋਂ ਲੈ ਕੇ 10,300-10,400 ਰੇਟ ਹੈ। ਕੋਈ ਹਾਲ ਨਹੀਂ ਜ਼ਿਮੀਦਾਰੇ ਦਾ, ਇਸ ਟਾਈਮ ਬੰਦੇ ਲੋਸ ਵਿੱਚ ਜਾਂਦੇ ਪਏ, ਰੁਪਈਆ 1.5-2 ਲੱਖ ਰੁਪਇਆ ਮੁੰਜੀ ਵੱਲੋਂ ਘਟਾਏ ਜਾਂਦੇ ਨੇ, ਠੇਕੇਦਾਰ ਜਿਹੜੇ ਹੈਗੇ ਨੇ ਉਹ ਬਚੇ ਜਾਂਦੇ ਨੇ। ਅਤੇ ਇਹਦਾ ਜਿਹੜੇ ਸਾਲ ਹੈਗਾ ਉਹ ਵੀ ਸਾਨੂੰ ਇੱਦਾਂ ਹੀ ਨਜ਼ਰ ਆਉਂਦਾ ਪਿਆ, ਲੇਕਿਨ ਹੁਣ ਜਿਹੜੇ ਆਲੂ ਬੰਦੇ ਲਾਉਣਗੇ, ਆਲੂਆਂ 'ਚ ਲੋਕਾਂ ਨੂੰ ਬੜੀਆਂ ਉਮੀਦਾਂ ਕਿ ਆਲੂ ਸਾਨੂੰ ਬਚਾਵੇਗਾ, ਲੇਕਿਨ ਕੋਈ ਪਤਾ ਨਹੀਂ ਆਲੂਆਂ ਦਾ ਵੀ ਪ੍ਰੋਗਰਾਮ ਵੜ ਸਕਦਾ। ਜਿਵੇਂ ਤਿਲਾਂ ਦਾ ਪ੍ਰੋਗਰਾਮ ਵੜਿਆ, ਮੁੰਜੀ ਦਾ ਪ੍ਰੋਗਰਾਮ ਵੜਿਆ, ਮਕਈ ਦਾ ਪ੍ਰੋਗਰਾਮ ਪਹਿਲੇ ਵੜਿਆ ਸੀ, ਲੇਕਿਨ ਹੁਣ ਮਕਈ ਦਾ ਪ੍ਰੋਗਰਾਮ ਜਿਹੜਾ ਸੈੱਟ ਹੋ ਗਿਆ। ਅੱਜ ਦੇ ਰੇਟ ਦੇ ਅਪਡੇਟ ਹੁੰਦੇ ਇਹ ਤੀ ਅਲੱਗ ਕੀਤਾ, ਇਨਸ਼ਾਅੱਲਾ ਨੈਕਸਟ ਅਪਡੇਟ ਹੁਣ ਕੱਲ੍ਹ ਦੇਵਾਂਗੇ ਕੀ ਬਣੇਗਾ ਕੀ ਨਹੀਂ। ਦੁਆ ਕਰੋ ਕਿਸਾਨ ਜਿਹੜੇ ਨੇ ਉਹ ਸਬਰ ਕਰਨ, ਠੀਕ ਹੈ, ਸਬਰ ਕਰਨਗੇ ਤਾਂ ਫਿਰ ਕੁਝ ਬਣੇਗਾ।